ਲਓ ਬਈ ਜੱਟੋ ਹੁਣ ਹੌਲੀ ਹੌਲੀ ਉਹ ਦਿਨ ਨੇੜੇ ਆਉਂਦੇ ਜਾਂਦੇ ਆ ਜਿਨ੍ਹਾਂ ਦਿਨਾਂ ਦੇ ਲਈ ਆਪਾਂ ਇੰਨੀਆਂ ਮਿਹਨਤਾਂ ਕੀਤੀਆਂ ਨੇ ਦਿਨ ਰਾਤ ਜਾਗ ਜਾਗ ਕੇ ਮਿਹਨਤਾਂ ਕੀਤੀਆਂ ਨੇ ਰਾਤਾਂ ਨੂੰ ਉੱਠ ਉੱਠ ਕੇ ਪਾਣੀ ਲਾਇਆ ਕਿੰਨਾ ਖਰਚਾ ਕੀਤਾ ਹੈ ਕੀ ਕੁਝ ਪਾਇਆ ਝੋਨੇਆਂ ਦੇ ਵਿੱਚ ਚੰਗੀ ਫੋੜ ਕਰਵਾਉਣ ਦੇ ਲਈ ਤੇ ਸਭ ਤੋਂ ਵੱਡੀ ਗੱਲ ਕਿ ਕਿੰਨੇ ਲੀਟਰ ਪਸੀਨਾ ਡੁੱਲ ਜਾਂਦਾ ਹੈ ਜ਼ਿਮੀਂਦਾਰ ਦਾ ਝੋਨੇ ਨੂੰ ਪਾਲਣ ਦੇ ਲਈ ਝੋਨੇ ਨੂੰ ਕੱਲੀ ਮਿੱਟੀ ਪਾਣੀ ਖਾਦਾਂ ਦੀ ਜ਼ਰੂਰਤ ਨਹੀਂ ਹੁੰਦੀ ਇਹਨਾਂ ਤੋਂ ਇਲਾਵਾ ਪਸੀਨਾ ਵੀ ਜ਼ਰੂਰੀ ਹੁੰਦਾ ਹੈ ਪਸੀਨੇ ਤੋਂ ਬਿਨਾ ਛਾੜਨਾ ਹੀ ਮਿਲਦੇ ਸੋ ਤੁਹਾਡੇ ਝੋਨੇ ਦੇ ਵਿੱਚ ਗੋਭ ਬਾਨੀ ਚਾਲੂ ਹੋ ਚੁੱਕੀ ਏ ਤੁਹਾਡੇ ਝੋਨੇ ਦੇ ਵਿੱਚ ਤੁਹਾਡੇ ਸੁਪਨੇ ਜਿਹੜੇ ਆ ਪਲ ਨੇ ਚਾਲੂ ਹੋ ਚੁੱਕੇ ਨੇ ਕਿਸੇ ਦਾ ਕੋਈ ਸੁਪਨਾ ਹੈ ਕਿਸੇ ਨੇ ਠੇਕਾ ਦੇਣਾ ਜ਼ਮੀਨ ਦਾ ਕਿਸੇ ਨੇ ਘਰ ਪਾਉਣਾ ਹੈ ਇਜਨੇ ਟਰੈਕਟਰ ਨਵਾਂ ਲੈਣਾ ਸੋ ਇਹਨਾਂ ਆਪਣੇ ਸੁਪਨਿਆਂ ਦੇ ਵਿੱਚ ਕੋਈ ਕਮੀ ਨਾ ਆਵੇ ਇਸ ਸਮੇਂ ਕੋ ਜ਼ਰੂਰੀ ਗੱਲਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਬਹੁਤ ਜ਼ਿਆਦਾ ਮਹੱਤਵਪੂਰਨ ਹੋਵੇਗੀ ਵੀਡੀਓ ਜਿਹੜੀ ਆ ਝੋਨੇ ਨੂੰ ਇਸੇ ਸਮੇਂ ਸਭ ਤੋਂ ਜ਼ਿਆਦਾ ਧਿਆਨ ਰੱਖਣ ਦੀ ਸਭ ਤੋਂ ਜ਼ਿਆਦਾ ਖਿਆਲ ਰੱਖਣ ਦੀ ਖਰਾਕਾਂ ਦੀ ਜ਼ਰੂਰਤ ਹੁੰਦੀ ਏ ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਕੁਝ ਨਵੇਂ ਜ਼ਿੰਮੇਵਾਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਜਿਹੜਾ ਇੱਕ ਬੈਲ ਦਾ ਬਟਨ ਹੈ ਉਹ ਵੀ ਦਬਾ ਲਓ ਤਾ ਜੋ ਹੋਰ ਵੀ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਵੀ ਤੁਹਾਡੇ ਤੱਕ ਕਿਸੇ ਤਰ੍ਹਾਂ ਪਹੁੰਚਦੀਆਂ ਰਹਿਣ ਸੋ ਇਹਨਾਂ ਦਿਨਾਂ ਦੇ ਵਿੱਚ ਝੋਨੇ ਦੀ ਗੋਭ ਦੇ ਵਿੱਚ ਇੱਕ ਸਪੇਸ ਜਿਹੜੀ ਬਣਨੀ ਚાલુ ਹੋ ਚੁੱਕੀ ਹੈ ਉਹਦੇ ਵਿੱਚ ਇੱਕ ਛੋਟੀ ਜੀ ਮੁੰਜਰ ਨੇ ਜਨਮ ਲੈਣਾ ਸ਼ੁਰੂ ਕੀਤਾ ਹੈ ਤੇ ਇਹ ਉਹ ਸਮਾਂ ਹੈ ਜਦੋਂ ਨਿਰਧਾਰਤ ਹੋਣਾ ਹੈ ਜਦੋਂ ਡਿਸਾਈਡ ਹੋਣਾ ਹੈ ਕਿ ਤੁਹਾਡੇ ਝੋਨੇ ਦਾ ਚਾੜ ਚੰਗਾ ਆਵੇਗਾ ਮਾੜਾ ਆਵੇਗਾ ਮੁੰਜਰਾ ਲੰਮੀਆਂ ਹੋਣਗੀਆਂ ਜਾਂ ਛੋਟੀਆਂ ਹੋਣਗੀਆਂ ਦਾਣਿਆਂ ਦੀ ਗਿਣਤੀ ਕਿੰਨੀ ਹੋਵੇਗੀ ਮੁੰਜਰ ਦੇ ਵਿੱਚ ਜਾਂ ਫਿਰ ਫੋਕ ਜ਼ਿਆਦਾ ਬਣੇਗੀ ਘਟ ਬਣੇਗੀ ਇਸੇ ਸਮੇਂ ਤੁਹਾਡੇ ਝੋਨੇ ਦੇ ਵਿੱਚ ਪੂਰੀ ਲਿਖਤ ਪੜਤ ਦਾ ਕੰਮ ਜਿਹੜਾ ਨਿਭੜ ਜਾਣਾ ਪਰ ਜ਼ਿਆਦਾਤਰ ਜ਼ਿੰਮੇਵਾਰ ਜਿਹੜੇ ਆ ਖਾਦਾਂ ਪਾਉਣ ਤੱਕ ਜ਼ਿਆਦਾ ਧਿਆਨ ਰੱਖਦੇ ਨੇ ਉਹਦੇ ਤੋਂ ਬਾਅਦ ਦੇ ਵਿੱਚ ਕਟਾ ਦਿੰਦੇ ਨੇ ਤੇ ਫਿਰ ਜਾ ਕੇ ਜਦੋਂ ਨਸਾਰਾ ਕਰਨਾ ਸ਼ੁਰੂ ਕਰਦਾ ਝੋਨਾ ਜਦੋਂ ਮੁੰਜਰਾ ਬਾਹਰ ਆਉਣ ਲੱਗਦੀਆਂ ਨੇ ਉਦੋਂ ਉਦੇ ਉੱਤੇ ਵੱਖ-ਵੱਖ ਸਪ੍ਰੇਆਂ ਜਿਹੜੀਆਂ ਚਾਲੂ ਕਰਦੇ ਨੇ ਕੋਈ ਤੱਤਾਂ ਦੀਆਂ ਸਪ੍ਰੇਆਂ ਕਰਦੇ ਨੇ ਕੋਈ ਫੰਗੀ ਸਾਈਡ ਜਾਂ ਫਿਰ ਇਨਸੈਕਟੀਸਾਈਡ ਪਰ ਅਸਲੀ ਸਮਾਂ ਇਹੋ ਹੈ ਇਸੇ ਸਮੇਂ ਜਦੋਂ ਬੱਚਾ ਛੋਟਾ ਜਿਹਾ ਬਣਨਾ ਚਾਲੂ ਹੋਇਆ ਹੈ ਉਹਨੂੰ ਖਰਾਕ ਦੀ ਜ਼ਰੂਰਤ ਹੈ ਨਾਈਟ੍ਰੋਜਨ ਦੀ ਜ਼ਰੂਰਤ ਹੈ ਫਾਸਫੋਰਸ ਪੋਟਾਸ਼ ਇਸੇ ਸਮੇਂ ਇਹ ਜਿਹੜੀਆਂ ਚੀਜ਼ਾਂ ਜ਼ਿਆਦਾ ਜ਼ਰੂਰੀ ਨੇ ਤੇ ਇਸੇ ਸਮੇਂ ਸਪਰੇਅ ਕਰਨੀ ਚਾਹੀਦੀ ਏ ਬਾਅਦ ਦੇ ਵਿੱਚੋਂ ਦੀ ਆਪਾਂ ਉੱਤੇ ਜਾ ਕੇ ਤਤਾਂ ਵਾਲੀਆਂ ਸਪਰੇਅਆਂ ਕਰਨੀਆਂ ਚਾਲੂ ਕਰਦੇ ਆਂ ਨਾਲੀਆਂ ਫੁੱਲਣ ਤੋਂ ਬਾਅਦ ਦੇ ਵਿੱਚ ਜਾਂ ਫਿਰ ਮੁੰਜਰਾ ਜੜੀਆਂ ਕਦੋਂ ਕੋਈ ਬਾਹਰ ਆ ਜਾਂਦੀਆਂ ਨੇ ਉਦੋਂ ਪਰ ਉਸ ਸਟੇਜ ਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਏ ਇਹ ਜਿਹੜੀ ਸਟੇਜ ਐ ਤੁਹਾਡੀ ਮੁੰਜਰ ਜਿਹੜੀ ਐ ਚੋਨੇ ਦੇ ਵਿੱਚ ਹੁਣੇ ਤੋਂ ਬਣ ਜਾਣੀ ਐ ਬਾਦ ਦੇ ਵਿੱਚੋਂ ਦੀ ਮੁੰਜਰ ਲੰਮੀ ਨਹੀਂ ਹੋਣੀ ਬਾਦ ਦੇ ਵਿੱਚੋਂ ਦੀ ਦਾਣਿਆਂ ਦੀ ਗਿਣਤੀ ਨਹੀਂ ਵਧਣੀ ਬਾਦ ਦੇ ਵਿੱਚੋਂ ਦੀ ਇਹ ਜ਼ਰੂਰ ਹੋ ਸਕਦਾ ਐ ਕਿ ਜਿੰਨੀ ਮੁੰਜਰ ਬਣੀਏ ਉਹਨੂੰ ਖਰਾਕ ਦੇ ਦਿੱਤੀ ਜਾਵੇ ਤੇ ਉਹ ਜਿਹੜੇ ਦਾਣੇ ਆ ਤੰਦਰੁਸਤ ਰਹਿਣ ਪਰ ਮੁੰਜਰ ਚੰਗੀ ਬਣਨ ਦੇ ਲਈ ਦਾਣਿਆਂ ਦੀ ਗਿਣਤੀ ਚੰਗੀ ਹੋਣ ਦੇ ਲਈ ਇਸ ਸਮੇਂ ਆਪਾਂ ਨੂੰ ਚੋਨੇ ਦੇ ਉੱਤੇ ਸਪਰੇ ਜਿਹੜੀ ਆ ਕਰਨੀ ਚਾਹੀਦੀ ਏ ਸਭ ਤੋਂ ਸੌਖੀ ਸਪਰੇਅ ਦੀ ਜੇ ਆਪਾਂ ਗੱਲ ਕਰਦੇ ਆਂ ਬਿਲਕੁਲ ਆਸਾਨੀ ਦੇ ਨਾਲ ਤੇ ਬਿਲਕੁਲ ਸਸਤੀ ਸਪਰੇਅ ਜੇ ਆਪਾਂ ਕਹਿੰਨੇ ਆਂ ਤੁਸੀਂ 2 ਕਿਲੋ ਡੀਏਪੀ 1.5 ਕਿਲੋ ਯੂਰੀਆ ਤੇ 100 ਗ੍ਰਾਮ ਚਿਲੇਟਡ ਜ਼ਿੰਕ ਸਪਰੇਅ ਕਰ ਸਕਦੇ ਹੋ ਜਾਂ ਫਿਰ 1.5 ਕਿਲੋ 05234npk ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ 1/200 ਲੀਟਰ ਪਾਣੀ ਦੇ ਨਾਲ ਇੱਕ ਕਿੱਲੇ ਦੇ ਵਿੱਚ ਤੁਸੀਂ ਸ਼ਾਮ ਦੇ ਸਮੇਂ ਜਾਂ ਸਵੇਰ ਦੇ ਸਮੇਂ ਸਪਰੇਅ ਜੜੀਆ ਕਰ ਦੇਣੀ ਹੈ। ਧਿਆਨ ਰੱਖੋ ਤੁਹਾਡੇ ਝੋਨੇ ਦੇ ਵਿੱਚ ਹੁਣ ਇਹ ਉਹ ਸਮਾਂ ਚੱਲੀ ਜਾਂਦਾ ਹੈ ਜਦੋਂ ਮੁੰਜਰ ਦੀ ਲੰਬਾਈ ਡਿਸਾਈਡ ਹੋਣੀ ਹੈ, ਦਾਣਿਆਂ ਦੀ ਗਿਣਤੀ ਜੜੀਆ ਡਿਸਾਈਡ ਹੋਣੀ ਹੈ। ਤੇ ਇਸ ਸਮੇਂ ਜੇ ਕਿਸੇ ਵੀ ਖਰਾਕ ਦੀ ਕਮੀ ਆਉਂਦੀ ਹੈ ਤਾਂ ਉਹ ਤੁਹਾਡੀ ਮੁੰਜਰ ਦੇ ਉੱਤੇ ਜਾ ਕੇ ਸਿੱਧੇ ਰੂਪ ਦੇ ਵਿੱਚ ਬਾਅਦ ਚੋਂ ਦੀ ਪ੍ਰਭਾਵ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਣੇ ਆ। ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਨੂੰ ਨਾਲੀਆਂ ਫੁੱਲਣ ਸਮੇਂ ਐਨ ਵੀਕੇ ਨਹੀਂ ਕਰਨਾ ਚਾਹੀਦਾ ਜਾਂ ਉਦੋਂ ਹੋਰ ਸਪਰੇ ਜਿਹੜੀ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਪਰ ਉਸ ਸਮੇਂ ਜਿਹੜੀ ਮੁੰਜਰ ਬਣ ਚੁੱਕੀ ਏ ਪਹਿਲਾਂ ਤੋਂ ਆਪਾਂ ਸਿਰਫ ਉਸੇ ਨੂੰ ਖਰਾਕ ਦੇ ਸਕਦੇ ਆ ਤੇ ਹੁਣ ਇਹ ਉਹ ਸਮਾਂ ਹੈ ਜਦੋਂ ਆਪਾਂ ਮੁੰਜਰ ਬਣਨ ਦੇ ਵਿੱਚ ਮਦਦ ਕਰ ਸਕਦੇ ਆ ਦਾਣਿਆਂ ਦੀ ਗਿਣਤੀ ਮੁੰਜਰ ਦੀ ਲੰਬਾਈ ਜਿਹੜੀ ਉਹਨੂੰ ਵਧਾ ਸਕਦੇ ਆ ਅਕਸਰ ਇਹਨਾਂ ਦਿਨਾਂ ਦੇ ਵਿੱਚ ਝੋਨੇਆਂ ਦੇ ਵਿੱਚ ਆਮ ਆਪਾਂ ਨੂੰ ਕਮੀਆਂ ਜਿਹੜੀਆਂ ਨੇ ਘਾਟਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਜਦੋਂ ਆਪਾਂ ਯੂਰੀਆ ਬੰਦ ਕਰਦੇ ਆ ਗੋਭਾਂ ਜਦੋਂ ਬਣਨੀਆਂ ਚਾਲੂ ਹੁੰਦੀਆਂ ਨੇ ਤੇ ਝੋਨੇਆਂ ਦੇ ਵਿੱਚ ਪੀਲਾਪਣ ਵੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈ ਪਰ ਇਹ ਜਿਹੜੀਆਂ ਸੁਪਰੇਆਂ ਆਪਾਂ ਲੋੜ ਦੇ ਮੁਤਾਬਕ ਕਰ ਸਕਦੇ ਆ ਤੁਹਾਨੂੰ ਚੰਗੇ ਵਧੀਆ ਰਿਜ਼ਲਟ ਜਿਹੜੇ ਆ ਨਾ ਤੋਂ ਉਹ ਦੇਖਣ ਨੂੰ ਮਿਲਣਗੇ ਸੋ ਇਸ ਸਮੇਂ ਇਹਨਾਂ ਦਿਨਾਂ ਦੇ ਵਿੱਚ ਅਣਗੈਲੀ ਘੌਲੋਂ ਨਾ ਕਰੋ ਇਹਦੇ ਰਿਜ਼ਲਟ ਆਪਾਂ ਨੂੰ ਅੱਗੇ ਜਾ ਕੇ ਦੇਖਣ ਨੂੰ ਮਿਲਣਗੇ ਤੁਸੀਂ ਕਿੰਨੇ ਕੀ ਝੋਨੇ ਦੀ ਸਾਂਭ ਸੰਭਾਲ ਕੀਤੀ ਹੈ ਉਹ ਫੋਕ ਤੇ ਜਾ ਕੇ ਪਤਾ ਲੱਗਣਾ ਹੈ ਕਿ ਤੁਹਾਡੇ ਚੋਨੇ ਦੇ ਵਿੱਚ ਕਿੰਨੀ ਕੁ ਜ਼ਿਆਦੀ ਫੋਕ ਹੈ ਜਾਂ ਘੱਟ ਫੋਕ ਹੈ ਵੀਡੀਓ ਨੂੰ ਹੋਰ ਜ਼ਿੰਮੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ